ਅੰਮ੍ਰਿਤਸਰ ਡਾਇਓਸੀਜ਼ਨ ਦਿਵਸ ਬੜੀ ਵੱਡੀ ਪੱਧਰ ਤੇ ਸੰਤ ਫ੍ਰਾਂਸਿਸ ਚਰਚ ਕੰਪਾਊਂਡ ਵਿਖੇ ਬਿਸ਼ਪ ਫ੍ਰੈਂਕੋ ਮੁਲੱਕਲ ਦੀ ਸਰਪ੍ਰਸਤੀ ਹੇਠ ਜਲੰਧਰ ਡਾਇਓਸੀਜ਼ ਵੱਲੋਂ ਤੀਸਰਾ ਡਾਇਓਸੀਜ਼ ਡੇ ਬੜੀ ਧੂਮ ਧਾਮ ਨਾਲ ਹਜ਼ਾਰਾਂ ਈਸਾਈ ਭਾਈਚਾਰੇ ਦੇ ਅਨੁਯਾਈਆਂ ਦੀ ਮੌਜੂਦਗੀ ਵਿੱਚ ਮਨਾਇਆ ਗਿਆ। ਇਸ ਮੌਕੇ ਬਿਸ਼ਪ ਫ੍ਰੈਂਕੋ ਮੁਲੱਕਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਇੱਥੇ ਵੱਡੇ ਪੱਧਰ ਤੇ ਡਾਇਓਸੀਜ਼ ਡੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੂਰੇ ਪੰਜਾਬ ਦੇ ਕੈਥੋਲਿਕ ਮਿਸ਼ਨਾਂ ਦੇ ਮੈਂਬਰ ਇੱਥੇ ਇਕੱਠੇ ਹੋਏ ਹਨ। ਕੈਥੋਲਿਕ ਦੇ ਬਿਸ਼ਪ ਆਗੂ ਦੁਆਰਾ ਜੋ ਪਿਆਰ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ ਉਸਨੂੰ ਸਾਰੀ ਦੁਨੀਆ ਵਿੱਚ ਫੈਲਾਉਣਾ ਹੈ, ਅਤੇ ਉਹਨਾਂ ਕਿਹਾ ਜਲੰਧਰ ਡਾਇਓਸੀਜ਼ ਇੱਕ ਵੱਡਾ ਪਰਿਵਾਰ ਹੈ ਜੋ ਇਹ ਬੀੜਾ ਉਠਾ ਕੇ ਯਤਨ ਕਰ ਰਿਹਾ ਹੈ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਅੱਜ ਇੱਥੇ ਸੇਂਟ ਫ੍ਰਾਂਸਿਸ ਚਰਚ ਅੰਮ੍ਰਿਤਸਰ ਵਿਖੇ ਡਾਇਓਸੀਜ਼ਨ ਡੇ ਮਨਾਇਆ ਜਾ ਰਿਹਾ ਹੈ। ਇਸ ਦੇ ਵਿੱਚ ਪੰਜਾਬ ਦੇ ਸਾਰੇ ਕੈਥੋਲਿਕ ਕਲੀਸਿਆ ਦੇ ਮੈਂਬਰ ਸਾਹਿਬਾਨ ਇੱਥੇ ਇਕੱਠੇ ਆਉਂਦੇ ਹਨ, ਅਤੇ ਕੈਥੋਲਿਕ ਕਲੀਸਿਆ ਦਾ ਵਿਸ਼ਵ ਵਿਆਪੀ ਕਲੀਸਿਆ ਦੇ ਆਗੂ ਪੋਪ ਫ੍ਰਾਂਸਿਸ ਦੁਆਰਾ ਦਿੱਤੇ ਗਏ ਸੰਦੇਸ਼, ਪਿਆਰ ਦਾ ਆਨੰਦ ਜੋ ਪਰਿਵਾਰ ਦੇ ਵਿੱਚ ਮਹਿਸੂਸ ਕਰਨਾ ਹੈ, ਅਤੇ ਹਰ ਦਿਨ ਉਸ ਪਿਆਰ ਦੇ ਆਨੰਦ ਵਿੱਚ ਸ਼ਾਮਿਲ ਹੋਣਾ ਹੈ। ਜਲੰਧਰ ਡਾਇਸਿਸ ਇੱਕ ਵੱਡਾ ਪਰਿਵਾਰ ਹੈ, ਇੱਕ ਪਰਿਵਾਰ ਵਾਂਗ ਜਲੰਧਰ ਡਾਇਸਿਸ ਦੇ ਕੈਥੋਲਿਕ ਮੈਂਬਰਸ ਇਕੱਠੇ ਹੋ ਕੇ ਉਸ ਪਿਆਰ ਦਾ ਅਨੁਭਵ ਕਰਦਾ ਹੈ, ਅਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਹਰ ਪਰਿਵਾਰ ਦੇ ਵਿੱਚ ਪਿਆਰ ਹੋਵੇ, ਉਸ ਪਿਆਰ ਦਾ ਆਨੰਦ ਮਹਿਸੂਸ ਕਰੇ, ਤਾਂ ਜੋ ਅਸੀਂ ਇਸ ਦੁਨੀਆ ਵਿੱਚ ਖੁਦਾ ਦੀ ਮਹਿਮਾ ਕਰ ਸਕੇ ਅਤੇ ਪੰਜਾਬ ਨੂੰ ਇੱਕ ਖੁਸ਼ਹਾਲੀ ਦਾ ਥਾਂ ਬਣਾ ਸਕੇ। ਸਾਰਿਆਂ ਨੂੰ ਜਲੰਧਰ ਡਾਇਸਿਸ ਦਾ ਡਾਇਓਸੀਜ਼ਨ ਦਿਵਸ ਦਾ ਲੱਖ ਲੱਖ ਵਧਾਈ ਹੋਵੇ।